नमस्कार खबर स्वागत है मैं हरप्रीत कौर प्रधानमंत्री नरेंद्र मोदी ने कहा कि डॉक्टर ने कोरोना महामारी दौरान अणथक मेहनत करके लख बचाई है प्रधानमंत्री ने महामारी दौरान सेवा हुए जाना कुर्बान करने वाले डॉक्टर श्रद्धांजलि भेंट की उपराष्ट्रपति एम वेंकैया नायडू ने कोविड वैक्सीन लगा प्रति लोगों की झिझक नूर करने की लड़ते जोर दिता ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਿੱਖਿਆ ਦਾ ਡਿਜੀਟਲ ਹੋਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਏ। ਭਾਰਤੀ ਸਟੇਟ ਬੈਂਕ ਦੀ ਜਲੰਧਰ ਵਿੱਚਲੀ ਖੇਤਰੀ ਕਾਰੋਬਾਰੀ ਸ਼ਾਖਾ ਵੱਲੋਂ ਬੈਂਕ ਦੇ ਸਥਾਪਨਾ ਦਿਵਸ ਮੌਕੇ ਅੱਜ ਸ਼ਹਿਰ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਤੇ ਲੁਧਿਆਣਾ ਦੀ 14 ਸਾਲ ਦੀ ਨਾਮਿਆ ਜੋਸ਼ੀ ਨੇ ਯੁਵਾ ਖੇਤਰ ਦਾ ਵਕਕਾਰੀ ਡਾਇਨਾ ਪੁਰਸਕਾਰ ਜਿੱਤਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਡਾਕਟਰ ਦਿਵਸ ਤੇ ਡਾਕਟਰਾਂ ਨੂੰ ਵਧਾਈ ਦਿੱਤੀ ਹੈ। ਡਾਕਟਰ ਦਿਵਸ ਭਾਰਤ ਦੇ ਉੱਗੇ ਡਾਕਟਰ ਡਾਕਟਰ ਬੀ ਸੀ ਰਾਏ ਦੀ ਯਾਦ ਵਿੱਚ 1 ਜੁਲਾਈ ਨੂੰ ਮਨਾਇਆ ਜਾਂਦਾ ਹੈ। ਭਾਰਤੀ ਮੈਡੀਕਲ ਐਸੋਸੀਏਸ਼ਨ ਆਈ ਐਮ ਏ ਵੱਲੋਂ ਡਾਕਟਰ ਦਿਵਸ ਤੇ আয়োজিত ਇੱਕ ਪ੍ਰੋਗਰਾਮ ਨੂੰ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾਕਟਰਾਂ ਨੂੰ ਭਗਵਾਨ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਉਹਨਾਂ ਕਹਾਂਗੇ ਕਿ ਕਿੰਨੇ ਹੀ ਲੋਕ ਅਜਹਿ ਹੋਣਗੇ ਜਿਨ੍ਹਾਂ ਦਾ ਜੀਵਨ ਸੰਕਟ ਵਿੱਚ ਪਿਆ ਹੋਵੇਗਾ ਕਿਸੇ ਬਿਮਾਰੀ ਜਾਂ ਹਾਦਸੇ ਦਾ ਸ਼ਿਕਾਰ ਹੋਇਆ ਹੋਵੇਗਾ ਜਾਂ ਫਿਰ ਕਈ ਵਾਰ ਅਜਿਹਾ ਲੱਗਣ ਲੱਗਦਾ ਹੈ ਕਿ ਅਸੀਂ ਕਿਸੇ ਆਪਣੇ ਨੂੰ ਖੋ ਬੈਠਾਂਗੇ ਅਜਿਹੇ ਸਮੇਂ ਡਾਕਟਰ ਹੀ ਭਗਵਾਨ ਬਣ ਕੇ ਸਾਹਮਣੇ ਆਉਂਦਾ ਹੈ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਜਦੋਂ ਦੇਸ਼ ਕੋਰੋਨਾ ਵਿਰੁੱਧ ਵੱਡੀ ਜੰਗ ਲੜ ਰਿਹਾ ਹੈ ਤਾਂ ਡਾਕਟਰਾਂ ਨੇ ਦਿਨ ਰਾਤ ਮਿਹਨਤ ਕਰਕੇ ਲੱਖਾਂ ਲੋਕਾਂ ਨੂੰ ਬਚਾਇਆ ਹੈ ਡਾਕਟਰ ਬੀਸੀ ਰੌਏ ਜੀ ਕੀ ਸਮਰਤੀ ਮੇ ਮਨਾਇਆ ਜਾਣੇ ਵਾਲਾ ਇਹ ਦਿਨ हमारे डॉक्टर्स के हमारी मेडिकल फेटर्निटी के उच्चतम आदर्शों का प्रतीक है खासतौर पर पिछले डेढ़ साल में हमारे डॉक्टर्स ने जिस तरह देशवासियों की सेवा की है वो अपने आप में एक मिसाल है डॉक्टर्स को ईश्वर का दूसरा रूप कहा जाता है और वैसे ऐसे ही नहीं कहा जाता कितने ही लोग ऐसे होंगे जिनका जीवन किसी संकट में पड़ा होगा किसी बीमारी या दुर्घटना का शिकार हुआ होगा या फिर कई बार हमें ऐसा लगने लगता है कि क्या हम किसी हमारे अपने को खो देंगे प्रधानमंत्री ने कहा कि एक काम कर दिया कई डॉक्टर ने अपने जीवन दी कि भी कुर्बानी दी आज ਦੇ ਦਿਨ ਉਹ ਉਹਨਾਂ ਡਾਕਟਰਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਨੇ ਤੇ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਹੈਲਥ ਸੈਕਟਰ ਲਈ ਬਜਟ ਨੂੰ ਦੁੱਗਣੇ ਤੋਂ ਵੀ ਜ਼ਿਆਦਾ ਵਾਅਦਾ ਕਰਦੇ ਹਾਂ 2 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਏ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਅਜੇ ਹੀ ਖੇਤਰਾ ਵਿੱਚ ਸਿਹਤ ਮੋਲ ਢਾਂਚਾ ਨੂੰ ਮਜ਼ਬੂਤ ਕਰਨ ਲਈ 50 ਹਜ਼ਾਰ ਕਰੋੜ ਰੁਪਏ ਦੀ ਇੱਕ ਕ੍ਰੈਡਿਟ ਗਾਰੰਟੀ ਸਕੀਮ ਲੈ ਕੇ ਆਏ ਹਾਂ ਜਿੱਥੇ ਸਿਹਤ ਸਹੂਲਤਾਂ ਦੀ ਕਮੀ ਹੈ ਨਰਿੰਦਰ ਮੋਦੀ ਨੇ ਕਿਹਾ ਕਿ 2014 ਵਿੱਚ ਦੇਸ਼ ਵਿੱਚ ਸਿਰਫ 6 ਏਮਜ਼ ਸੰਸਾਵਾ ਸਨ ਇਹਨਾਂ 7 ਸਾਲਾਂ ਵਿੱਚ 15 ਏਮਜ਼ ਸੰਸਾਵਾ ਦਾ ਕੰਮ ਸ਼ੁਰੂ ਹੋਇਆ ਇਸੇ ਤਰ੍ਹਾਂ ਮੈਡੀਕਲ ਕਾਲਜਾਂ ਦੀ ਸੰਖਿਆ ਵੀ ਕੋਈ ਡੇਢ ਗੁਣਾ ਵਧੀ ਹੈ ਇਸ ਸਾਲ ਹੈਲਥ ਸੈਕਟਰ ਕੇ ਲਿਏ ਬਜਟ ਕਾ ਅਲੋਕੇਸ਼ਨ दो गुने से भी ज्यादा यानी दो लाख करोड़ रुपये से भी अधिक किया गया अब हम ऐसे क्षेत्रों में हेल्थ इंफ्रास्ट्रक्चर को मजबूत करने के लिए पचास हजार करोड़ रुपये की एक क्रेडिट गारंटी स्कीम लेकर आए हैं जहां स्वास्थ्य सुविधाओं की कमी है प्रधानमंत्री ने कहा कि यह चंगी है कि मैडिकल भाईचारे के लोग योग बारे जागरूकता फैलाने आए ने योग प्रचारित प्रसारित करने काम आजादी तो बाद पिछली सदी होना चाहिए हो रहा है इन दिनों एक और अच्छी चीज हमने देखी है कि मेडिकल फटरिटी के लोग योग के बारे में जागरूकता फैलाने के लिए बहुत आगे आए हैं योग को प्रचारित प्रसारित करने के लिए जो काम आजादी के बाद पिछली शताब्दी में किया जाने चाहिए था वो अब हो रहा है इसको उपराष्ट्रपति एम वेंकैया नायडू ने कोविड वैक्सीन लगवाने प्रति लोगों की झिझक दूर करने की लड़ते जोर दिता है कौमी डॉक्टर दिवस मौके मेडिकल भाईचारे के लोगों संबोधन करद ਉਪ ਰਾਸ਼ਟਰਪਤੀ ਨੇ ਕਿਹਾ ਕਿ ਟੀਕਾਕਰਨ ਮਹਿੰਮ ਨੂੰ ਸਮੁੱਚੇ ਭਾਰਤ ਵਿੱਚ ਇੱਕ ਜਨ ਅੰਦੋਲਨ ਬਣਾਉਣ ਦੀ ਲੋੜ ਹੈ। ਉਨ੍ਹਾਂ ਮੈਡੀਕਲ ਪਾਈਚਾਰੇ ਨੂੰ ਲੋਕਾਂ ਵਿੱਚ ਕੋਵਿਡ ਵੈਕਸੀਨ ਪ੍ਰਤੀ ਜਾਗਰੂਕਤਾ ਫੈਲਾਉਣ ਤੇ ਵੈਕਸੀਨ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੀ ਅਪੀਲ ਕੀਤੀ। ਨਾਇਡੂ ਨੇ ਕਿਹਾ ਕਿ ਟੀਕਾਕਰਨ ਮਹਿੰਮ ਦੌਰਾਨ ਪੇਂਡੂ ਖੇਤਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਰੋਨਾ ਮਹਾਮਾਰੀ ਦੌਰਾਨ ਸਿਹਤ ਸੰਭਾਲ ਪੇਸ਼ੇਵਰਾਂ ਵੱਲੋਂ ਦਿੱਤੀਆਂ ਗਈਆਂ ਨਿਰਸਵਾਰਥ ਸੇਵਾਵਾਂ ਲਈ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਡਾਕਟਰਾਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਦੂਜਿਆਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਦਾ ਕੰਮ ਕੀਤਾ ਹੈ ਟੀਕਾ ਕਰਨ ਤੇ ਜ਼ੋਰ ਦਿੰਦਿਆਂ ਨਾਈਡੂ ਨੇ ਕਿਹਾ ਕਿ ਮਹਾਮਾਰੀ ਨੂੰ ਹਰਾਉਣ ਵਿੱਚ ਤੇਜ਼ ਰਫ਼ਤਾਰ ਟੀਕਾਕਰਨ ਹੀ ਸਫਲਤਾ ਦੀ ਕੁੰਜੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਿੱਖਿਆ ਦਾ ਡਿਜੀਟਲ ਹੋਣਾ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ ਇਲੈਕਟ੍ਰੋਨਿਕਸ ਤੇ ਸੂਚਨਾ ਤੇ ਟੈਕਨੋਲੋਜੀ ਮੰਤਰਾਲੇ ਵੱਲੋਂ ਡਿਜੀਟਲ ਇੰਡੀਆ ਮਹਿੰਮ ਦੇ 6 ਵਰੇ ਪੂਰੇ ਹੋਣ ਤੇ ਕਰਵਾਏ ਗਏ ਇੱਕ ਵਰਚੁਅਲ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਇੰਡੀਆ ਨਵੇਂ ਭਾਰਤ ਦੇ ਸਭ ਤੋਂ ਵੱਧ ਕਾਮਯਾਬ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਟੈਲੀ ਮੈਡੀਸਿਨ ਪ੍ਰੋਗਰਾਮ ਨਾਲ ਦੇਸ਼ ਵਿੱਚ ਕਰੋੜਾਂ ਲੋਕਾਂ ਨੂੰ ਲਾਭ ਹੋਇਆ। ਉਹਨਾਂ ਨੇ ਕਿਹਾ ਕਿ ਡਿਜੀਟਲ ਇੰਡੀਆ ਉਹਨਾਂ ਲੋਕਾਂ ਨੂੰ ਵੀ ਜੋੜ ਰਿਹਾ ਹੈ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਕੋਈ ਕਲਪਨਾ ਵੀ ਨਹੀਂ ਸੀ ਕੀਤੀ। ਉਹਨਾਂ ਨੇ ਕਿਹਾ ਕਿ ਸਿਰਫ 6 ਵਰਿਆਂ ਦੌਰਾਨ ਅਸੀਂ ਡਿਜੀਟਲ ਖੇਤਰ ਵਿੱਚ ਇੱਕ ਵੱਡੀ ਪੁलांग ਪੁੱਟੀ ਹੈ। ਉਹਨਾਂ ਨੇ ਕਿਹਾ ਕਿ ਡਿਜੀਟਲ ਇੰਡੀਆ ਰਾਹੀਂ ਦੂਰ ਦੁਰਾਡੇ ਦੇ ਲੋਕਾਂ ਨੂੰ ਵੀ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਵਿੱਚ ਵੱਡੀ ਮਦਦ ਮਿਲੀ ਹੈ। उन्होंने कहा कि पिंडा में चंगी इंटरनेट कनेक्टिविटी नकनी बनाने ली पे काम किया जा रहा है राष्ट्र के रूप में सिर्फ पांच पैं वर्षों में हमने डिजिटल स्पेस में कितनी ऊंची छलांग लगाई है साथियों भारत को डिजिटल पथ पर तेज गति से आगे बढ़ाते हर देशवासी का जीवन आसान बनाने का सपना पूरे देश का है इसको पूरा करने में हम सभी दिन रात लगे हुए हैं देश में आज एक तरफ इनोवेशन का जुनून है तो दूसरी तरफ इनोवेशन को तेजी से एडप्ट करने का जज्बा भी है ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਪੇਮੈਂਟ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ 21ਵੀਂ ਸਦੀ ਵਿੱਚ ਡਿਜੀਟਲ ਇੰਡੀਆ ਦੇਸ਼ ਦੇ ਵਿਕਾਸ ਦਾ ਇੱਕ ਜੈ ਕੋਸ਼ ਹੈ ਉਹਨਾਂ ਨੇ ਕਿਹਾ ਕਿ ਡਿਜੀਟਲ ਇੰਡੀਆ ਆਤਮ ਨਿਰਭਰ ਭਾਰਤ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਿਹਾ ਹੈ ਮੋਦੀ ਨੇ ਕਿਹਾ ਕਿ ਡਿਜੀਟਲ ਇੰਡੀਆ ਨੇ ਇੱਕ ਰਾਸ਼ਟਰੀ ਰਾਸ਼ਨ ਕਾਰਡ ਯੋਜਨਾ ਨੂੰ ਮਜ਼ਬੂਤੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਡਿਜੀਟਲ ਇੰਡੀਆ ਨੇ ਇੱਕ ਰਾਸ਼ਟਰ ਇੱਕ ਐਮਐਸਪੀ ਨੂੰ ਵੀ ਹੁਲਾਰਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਡਿਜੀਟਲ ਇੰਡੀਆ ਦਾ ਮਤਲਬ ਸਾਰਿਆਂ ਨੂੰ ਇੱਕ ਦੂਜੇ ਨਾਲ ਜੋੜਨਾ ਹੈ ਕੋਰੋਨਾ ਕੇਸ 1.5 ਸਾਲ ਮੇਂ ਹੀ भारत ने विभिन्न योजनाओं के तहत करीब सात लाख करोड़ रुपए डायरेक्ट बेनिफिट ट्रांसफर डीबीटी के माध्यम से लोगों के बैंक अकाउंट में भेजे हैं भारत में आज सिर्फ यूपीआई, भीम यूपीआई से ही हर महीने करीब पांच लाख करोड़ रुपए का लेन देन होता है ਇਸ ਦੌਰਾਨ ਡਿਜੀਟਲ ਇੰਡੀਆ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਪ੍ਰਧਾਨ ਮੰਤਰੀ ਨੇ ਵੱਖ-ਵੱਖ ਡਿਜੀਟਲ ਪਲੇਟਫਾਰਮਾਂ ਬਾਰੇ ਉਹਨਾਂ ਦੇ ਵਿਚਾਰ ਵੀ ਸੁਨੇ। ਇਸ ਤੋਂ ਪਹਿਲਾਂ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਰਵੀਚੰਦਰ ਪ੍ਰਸਾਦ ਨੇ ਕਿਹਾ ਕਿ ਇਸ ਸਮੇਂ ਡਿਜੀਟਲ ਇੰਡੀਆ ਮਹਿੰਮ ਅਧੀਨ ਦੇਸ਼ ਵਿੱਚ 50 ਹਜ਼ਾਰ ਨਵੇਂ ਸਟਾਰਟਅਪ ਸ਼ੁਰੂ ਹੋ ਚੁੱਕੇ ਨੇ ਤੇ ਸਰਕਾਰ ਵੱਲੋਂ ਲੋਕਾਂ ਨੂੰ ਨੇੜੇ ਲਿਆਉਣ ਲਈ ਸੇਵਾਵਾਂ ਨੂੰ ਸੁਖਾਲਾ ਬਣਾਇਆ ਗਿਆ ਹੈ। ਇਸ ਮੌਕੇ ਰਵੀਚੰਦਰ ਪ੍ਰਸਾਦ ਨੇ ਕਿਹਾ ਕਿ ਡਿਜੀਟਲ ਇੰਡੀਆ ਦਾ ਉਦੇਸ਼ ਭਾਰਤ ਅਤੇ ਇਸ ਦੇ ਨਾਗਰਿਕਾਂ ਦਾ ਸ਼ਕਤੀਕਰਨ ਕਰਨਾ ਹੈ। ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਦੇ ਕਲਾਨੇ ਪਿੰਡ ਵਿੱਚ 100% ਟੀਕਾ ਕਰਨ ਦਾ ਟੀਚਾ ਹਾਸਲ ਕਰ ਲਿਆ ਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਪਿੰਡ ਦੇ ਕਲਾਨ ਦੀ ਆਬਾਦੀ 849 ਜਿਨ੍ਹਾਂ ਵਿੱਚੋਂ 245 ਲਾਪਾਤਰੀ 45 ਸਾਲ ਤੋਂ ਵੱਧ ਉਮਰ ਦੇ ਨੇ ਉਹਨਾਂ ਦੱਸਿਆ ਕਿ ਇਸ ਪਿੰਡ ਦੇ 45 ਸਾਲ ਤੋਂ ਵੱਧ ਉਮਰ ਵਰਗ ਦੇ ਸਾਰੇ ਹੀ ਲਾਪਾਤਰੀਆਂ ਦਾ ਟੀਕਾਕਰਨ ਮੁਕੰਮਲ ਹੋ ਚੁੱਕਾ ਏ ਡਿਪਟੀ ਕਮਿਸ਼ਨਰ ਨੇ ਇਸ ਪ੍ਰਾਪਤੀ ਲਈ ਸਿਹਤ ਵਿਭਾਗ ਦੇ ਅਮਲੇ ਤੇ ਸੰਗਰੂਰ ਦੇ ਐਸ ਡੀ ਐਮ ਦੀ ਸ਼ਲਾਘਾ ਕੀਤੀ ਉਨਾ ਕਿਆ ਕੀ ਦੇਕਲਾ ਪਿੰਡ ਦੀ ਪੰਚਾਇਤ ਵਿਸ਼ੇਸ਼ ਵਿਕਾਸ ਗ੍ਰਾਂਟ ਲਈ ਯੋਗ ਬਣ ਗਈਏ ਉਹਨਾਂ ਹੋਰ ਨਾ ਪਿੰਡਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਰੋਨਾ ਮੁਕਤ ਪਿੰਡ ਅਭਿਆਨ ਤਹਿਤ 100% ਟੀਕਾ ਕਰਨ ਲਈ ਆਪਣੀ ਪੂਰੀ ਵਾਹ ਲਾਉਣ ਤਾਂ ਜੋ ਕਰੋਨਾ ਦਾ ਖਾਤਮਾ ਕੀਤਾ ਜਾ ਸਕੇ ਦੇਕਲਾ ਪਿੰਡ ਦੇ ਵਿੱਚ ਜਿਹੜਾ ਹੈਗਾ 45 ਪਲੱਸ ਉਹਦਾ 100% ਵੈਕਸੀਨੇਸ਼ਨ ਹੋ ਗਿਆ 18 ਪਲੱਸ ਦਾ ਵੀ 50% ਤੋਂ ਵੱਧ ਹੋ ਗਿਆ ਸਾਡਾ ਟੀਚਾ ਹੈਗਾ ਕਿ ਜਿਹੜੇ ਵਲਰੇਬਲ ਗਰੁੱਪਸ ਹੈਗੇ ਸ਼ਹਿਰਾਂ ਦੇ ਵਿੱਚ ਜਿਵੇਂ ਜਿਆਦਾ ਮੂਵਮੈਂਟ ਹੰਦਾ ਹੈ ਸੰਗਰੂਰ ਸੁਨਾਮ ਧੂਰੀ ਜਿੱਥੇ ਜਿਆਦਾ ਕੇਸ ਸਾਡੇ ਆਏ ਹੈਗੇ ਅਗਲੇ ਹਫਤੇ 10 ਦਿਨਾਂ ਦੇ ਵਿੱਚ ਉੱਥੇ ਜਿਆਦਾ ਤੋਂ ਜਿਆਦਾ ਟੀਕੇ ਲਗਾ ਕੇ ਦੇ ਕਲਾਂ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਆ ਉਹਨਾਂ ਦੀ ਗੱਲ ਮੰਨੀ ਤੇ ਬੜੇ ਉਤਸ਼ਾਹ ਨਾਲ ਟੀਕੇ ਲਗਵਾਏ ਰਵਿੰਦਰ ਪਾਸ਼ੀਂ ਚਰਚਾ ਗਰਮ ಗ್ರಾಮ ਪੰਚਾਇਤ ਪਿੰਡ ਦੇ ਕਲਾ ਸਾਡੇ ਪਿੰਡ ਵਿੱਚ 100% ਵੈਕਸੀਨ ਹੋ ਚੁੱਕੀ ਹੈ ਲੋਕਾਂ ਨੇ ਪਬਲਿਕ ਨੇ ਇੰਨਾ ਸਹਿਯੋਗ ਦਿੱਤਾ ਪਿੰਡ ਵਾਸੀਆਂ ਨੇ ਸਾਰੇ ਪ੍ਰਬੰਧ ਤੇ ਸਜਣਾ ਨੇ ਕਿ ਬਹੁਤ ਜਿਆਦੇ ਆਪਣੇ ਉਤਸ਼ਾਹ ਨਾਲ 100% ਆਪਣੀ ਵੈਕਸੀਨ ਕਰਾਈ ਹੈ ਪਿੰਡ ਦੇ ਵੱਖ-ਵੱਖ ਲਾਪਾਤਰੀਆਂ ਨੇ ਵੀ ਕਰੋਨਾ ਟੀਕਾ ਲੱਗਣ ਤੇ ਖੁਸ਼ੀ ਜ਼ਾਹਰ ਕੀਤੀ ਸਾਫ ਕਾ ਮੈਂਬਰ ਜੀ ਪਿੰਡ ਪਟੇਕਲਾ ਜੀ ਜੋ ਸਾਡੇ ਕੈਂਪ ਲੱਗਾ ਜੀ ਟੀਕਾ ਕਰਨ ਦਾ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਕਰਿਆ ਜੀ ਸਾਡੇ ਸਾਹੇ ਤੇ ਜੋ ਮਹਿਮਾਨ ਦੀ ਉਹਨਾਂ ਨੇ ਬਹੁਤ ਵਧੀਆ ਸਾਡਾ ਟੀਕਾ ਕਰਾਇਆ ਸੀ ਆ ਮਤੀ ਸਿੰਘਾ ਜੀ ਮੈਂ ਬੀਪੀਡੀ ਮੈਂ ਗੋੜੀ ਵੀ ਖੰਦਾ ਸੀ ਐਸੇ ਟੀਕੇ ਲੱਗੇ ਨੇ ਬਹੁਤ ਵਧੀਆ ਟੀਕੇ ਨੇ ਮੈਂ ਗਗਨਦੀਪ ਸਿੰਘ ਬਾਸੀ ਦੇਖਲਾਂ ਜ਼ਿਲ੍ਹਾ ਸੰਗਰੂਰ ਜੀ ਤੇ ਸਾਡੇ ਪਿੰਡ ਵਿੱਚ ਐਸਡੀਐਮ ਸਾਹਿਬ ਤੇ ਸਰਪੰਚ ਸਰਪੰਚ ਸਾਹਿਬ ਵੱਲੋਂ ਜੀ ਟੀਕਾ ਕਰਨ ਕਰਵਾਇਆ ਗਿਆ ਸੀ ਉਸ ਉਸ ਮਹਿਮਤ ਐਤ ਮੈਂ ਵੀ ਟੀਕਾ ਕਰਨ ਕਰਵਾਇਆ ਜੀ ਉਸਦੇ ਬਹੁਤ ਵਧੀਆ ਨਤੀਜੇ ਹੋਏ ਨੇ ਜੀ ਤੇ ਮੈਨੂੰ ਕੋਈ ਦਿੱਕਤ ਨਹੀਂ ਆਈ ਜੀ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਗ੍ਰੀਨ ਊਰਜਾ ਪਹਿਲ ਅਧੀਨ ਆਪਣੇ ਪ੍ਰਸ਼ਾਸਨਿਕ ਭਵਨ ਦੀ ਛੱਤ ਤੇ ਸੌਰ ਊਰਜਾ ਦਾ ਪੈਨਲ ਲਗਾ ਕੇ ਸੂਰਜੀ ਊਰਜਾ ਪੈਦਾ ਕਰਨ ਦੀ ਆਪਣੀ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਹੈ ਰੇਲ ਕੋਚ ਫੈਕਟਰੀ ਵੱਲੋਂ 100 ਕਿਲੋਵਾਟ ਬਿਜਲੀ ਪੈਦਾ ਕਰਨ ਵਾਲਾ ਪੈਨਲ ਪਹਿਲਾਂ ਹੀ ਮੌਜੂਦ ਹੈ ਆਰਸੀਐਫ ਨੇ ਰੈਸਕੋ ਮਾਡਲ ਅਧੀਨ 900 ਕਿਲੋਵਾਟ ਬਿਜਲੀ ਪੈਦਾ ਕਰਨ ਲਈ ਯੋਜਨਾ ਬਣਾਈ ਹੈ ਇਸ ਯੋਜਨਾ ਤਹਿਤ 151.38 ਕਿਲੋਵਾਟ ਦੀ ਸਮਰੱਥਾ ਵਾਲਾ ਪਲਾਂਟ ਚਾਲੂ ਕੀਤਾ ਗਿਆ ਹੈ रेल कोच फैक्ट्री ਦੇ ਸੋਦਮ ਨਾਲ ਹਰ ਸਾਲ 618282 ਰੁਪਏ ਦੀ ਬਿਜਲੀ ਦੀ ਬਚਤ ਹੋ ਸਕੇਗੀ। ਰੇਲ ਕੋਚ ਫੈਕਟਰੀ ਦੇ ਪ੍ਰਬੰਧਕਾਂ ਅਨੁਸਾਰ ਸੋਲਰ ਪੈਨਲ ਲਗਾਉਣ ਦਾ ਬਾਕੀ ਰਹਿੰਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ ਤੇ ਫੈਕਟਰੀ ਦੀਆਂ ਵੱਖ-ਵੱਖ ਥਾਵਾਂ ਤੇ ਇਹਨਾਂ ਨੂੰ ਛੇਤੀ ਹੀ ਚਾਲੂ ਕਰ ਦਿੱਤਾ ਜਾਵੇਗਾ। ਇਹ ਸੋਲਰ ਪੈਨਲ ਤਕਨੀਕੀ ਸਿਖਲਾਈ ਕੇਂਦਰ ਲਾਲਾ ਲਾਜਪਤ ਰਾਏ ਹਸਪਤਾਲ ਸੀਨੀਅਰ ਸੈਕੰਡਰੀ ਸਕੂਲ ਤੇ ਹੋਰ ਥਾਵਾਂ ਤੇ ਲਗਾਏ ਜਾ ਰਹੇ ਨੇ ਇਹਨਾਂ ਪੈਨਲਾਂ ਨਾਲ ਹੀ ਕੋਈ 3942000 ਦੀ ਬਿਜਲੀ ਦੀ ਬਚਤ ਕੀਤੀ ਜਾ ਸਕੇਗੀ ਰੇਲ ਕੋਚ ਫੈਕਟਰੀ ਦੇ ਇਹਨਾਂ ਉਪਰਾਲਿਆਂ ਨੂੰ ਗ੍ਰੀਨ ਊਰਜਾ ਵੱਲ ਜਾਣ ਦੀ ਇੱਕ ਵੱਡੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ہماری ਰੇਲ ਕੋਚ ਫੈਕਟਰੀ ਸ਼ੁਰੂ ਸੇ ਹੀ ਗ੍ਰੀਨ એનર્ਜੀ ਪਰ ਕੰਮ ਲਗਾਤਾਰ ਕਰਦੀ ਆਈ ਹੈ ਤਾਂ ਕਿ ਜਿਆਦਾ ਸੇ ਜਿਆਦਾ ਹਮ ਪਰਿਆਵਰਣ ਕੋ ਬਚਾਉਣੇ ਮੇ ਆਪਣਾ ਯੋਗਦਾਨ ਦੇ ਸਕੇ। ਇਸੇ ਕੇ ਤਹਿਤ ਆਰਸੀ ਆਰਟੀ ਸਟੇਟ ਬੈਂਕ ਵੱਲੋਂ ਅੱਜ 66ਵਾਂ ਸਥਾਪਨਾ ਦਿਵਸ ਮਨਾਇਆ ਗਿਆ ਇਸ ਮੌਕੇ ਬੈਂਕ ਦੀ ਜਲੰਧਰ ਵਿੱਚਲੀ ਖੇਤਰੀ ਕਾਰੋਬਾਰੀ ਸ਼ਾਖਾ ਵੱਲੋਂ ਸ਼ਹਿਰ ਵਿੱਚ 1 ਜੁਲਾਈ ਤੋਂ 31 ਜੁਲਾਈ ਤੱਕ 5000 ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਨੇ ਐਸਆਈ ਹਸਪਤਾਲ ਵਿਖੇ ਬੂਟਾ ਲਗਾ ਕੇ ਬੈਂਕ ਦੀ ਵਾਤਾਵਰਣ ਨੂੰ ਹਰਾ-ਭਰਾ ਰੱਖਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਮੇਅਰ ਜਗਦੀਸ਼ ਰਾਜਾ ਨੇ ਬੈਂਕ ਦੀ ਇਸ ਪਹਿਲ ਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਦੇ ਨਾਲ-ਨਾਲ ਸਾਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਬੈਂਕ ਦੇ ਖੇਤਰੀ ਮੈਨੇਜਰ प्रदीप ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਲੜੀਵਾ ਟਾਂਗ ਨਾਲ ਬੂਟੇ ਲਗਾਏ ਜਾਣਗੇ ਇਸ ਮੌਕੇ ਮੁਖ ਪ੍ਰਬੰਧਕ ਜਤਿੰਦਰ ਮੋਹਨ ਕਾਲੀਆ ਸੰਜੀਵ ਚੌਧਰੀ ਆਨੰਦਬੀਰ ਸਿੰਘ ਪੱਲਾ ਤੇ ਉਪ ਪ੍ਰਬੰਧਕ ਪਵਨ ਬੱਸੀ ਮੌਜੂਦ ਸਨ ਲੁਧਿਆਣਾ ਦੀ 14 ਸਾਲ ਦੀ ਨਾਮਿਆ ਜੋਸ਼ੀ ਨੇ ਯੁਵਾ ਖੇਤਰ ਦਾ ਵਕਕਾਰੀ ਡਾਇਨਾ ਪੁਰਸਕਾਰ ਹਾਸਲ ਕੀਤਾ ਹੈ ਇਹ ਪੁਰਸਕਾਰ 9 ਤੋਂ 25 ਵਰਿਆਂ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਦੂਜਿਆਂ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਤਬਦੀਲੀਆਂ ਲਿਆਉਣ ਲਈ ਕੀਤੇ ਗਏ ਕੰਮ ਦੇ ਖੇਤਰ ਵਿੱਚ ਦਿੱਤਾ ਜਾਂਦਾ ਹੈ ਨਾਮਿਆ ਵੱਲੋਂ ਇਹ ਪੁਰਸਕਾਰ ਹਾਸਲ ਕਰਨ ਤੇ ਉਸ ਦੇ ਮਾਪਿਆਂ ਤੇ ਅਧਿਆਪਕਾਂ ਨੇ ਇਸ ਪ੍ਰਾਪਤੀ ਤੇ ਖੁਸ਼ੀ ਜ਼ਾਹਰ ਕੀਤੀ ਹੈ ਦੂਰਦਰਸ਼ਨ ਖਬਰਾਂ ਨਾਲ ਗੱਲ ਕਰਦਿਆਂ ਨਾਮਿਆ ਨੇ ਕਿਹਾ ਕਿ ਮਨੁੱਖ ਜਾਤੀ ਦੇ ਭਲੇ ਲਈ ਤਕਨੀਕ ਦਾ ਉਪਯੋਗ ਕੀਤਾ ਜਾ ਸਕਦਾ ਹੈ ਨਾਮਿਆ ਵੱਲੋਂ ਗੇਮ ਆਧਾਰਿਤ ਲਰਨਿੰਗ ਵਿੱਚ एक हज़ार्थियों तो ने इस बारे प्रधानमंत्री कौमी बाल पुरस्कार भी जितया नाम नामिया जोशी है और मैं क्लास नाइन में पढ़ती हूँ लुधियाना पंजाब में, स्कूल में।, में को अभी मिला है। और उसके लिए मैंने एक गेम है जिसका नाम है माइनक्राफ्ट और uh, मैंने उसके अंदर एजुकेशनल लेसन क्रिएट करें क्योंकि मेरे को लगता है और मैंने देखा भी है कि क्लासेस में uh, रीडिंग से सारा कुछ समझ नहीं आता और जब हम देखते हैं विजुअल लर्निंग से हमें सब कुछ अच्छे से समझ आता है क्योंकि uh, मुझे अभी तो इस वक्त बहुत प्राउड फील हो रहा है हमेशा ही इस पर प्राउड फील होता है एंड एज मदर मैं फ्रेंड इसकी पहले ज़्यादा हूँ और मदर uh, बाद में और जो भी है हमारे आपस में जो भी प्रोजेक्ट के ऊपर डिस्कशंस होती हैं आपस में हम मिल के बैठ के काम करते हैं और जिस तरह ये मींस लाइक like, अपनी सजेशंस देती है uh, मुझे जहाँ नहीं ठीक लगता मैं अपनी अपनी सजेशन इसको देती हूँ बट देन मेन पॉइंट इसे का होता है क्योंकि ये इसका माइंड सेट बहुत क्लियर होता है कि मैंने इसी पॉइंट ऑफ व्यू से काम करना है तो इस नाली खबर खत्म thank you